ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹਿਸਰੋ ਤੈਨ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਵਾਦੇ ਅੰਜ ਅੱਜ ਦੀ ਪਹਿਲੀ ਵੱਡੀ ਖਬਰ ਦੇ ਵੱਲ ਐਫ ਆਈ ਆਰ ਦਰਜ ਹੋਣ ਮਗਰੋਂ ਐਮ ਪੀ ਰਵਨੀਤਾ ਬਿੱਟੂ ਦਾ ਵੱਡਿਆ ਬਿਆਨ ਅਸੀਂ ਆਪ ਹੀ ਦਿਆਂਗੇ ਗ੍ਰਿਫਤਾਰੀਆਂ ਤਾਂ ਦੋਸਤੋ ਲੋਕਾਂ ਦੇ ਬੱਚਾ ਕਾਂਗਰਸੀ ਵਰਕਰ 5 ਮਾਰਚ ਮੰਗਲਵਾਰ ਨੂੰ ਸੀਪ ਦਫ਼ਤਰ ਦੇ ਵਿੱਚ ਗ੍ਰਿਫਤਾਰੀਆਂ ਦੇਣਗੇ ਐਮਪੀ ਰਵਨੀਤ ਸਿੰਘਾ ਬਟੂਨੇ ਇਸ ਬਾਰੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਹਿ ਕਿ ਉਹ 5 ਮਾਰਚ ਦਿਨ ਮੰਗਲਵਾਰ ਨੂੰ ਸੀਪ ਦਫ਼ਤਰ ਦੇ ਵਿੱਚ ਗ੍ਰਿਫਤਾਰੀਆਂ ਦੇਣਗੇ ਦੱਸਦੇ ਕਿ ਸ਼ੁੱਕਰਵਾਰ ਨੂੰ ਸੰਸਦ ਮੈਂਬਰ ਰਵਨੀਤ ਸਿੰਘਾ ਬਟੂਨੇ ਅਗਵਾਈ ਦੇ ਵਿੱਚ ਕਾਂਗਰਸੀ ਆਗੂਆਂ ਦੀ ਮੀਟਿੰਗ ਦੌਰਾਨ ਹੰਗਾਮਾ ਹੋਇਆ ਐਸੋਦਰਨ ਸਾਭਕਾ ਮੰਤਰੀ ਆਸ਼ੂ ਕਾਫੀ ਨਰਾਜ਼ ਹੋ ਗਏ ਤੇ ਮੀਟਿੰਗ ਅਧੂਰੀ ਛੱਡ ਕੇ ਚਲੇ ਗਏ ਕਾਂਗਰਸ ਵਰਕਰਾਂ ਦੀ ਉਹਨਾਂ ਸ਼ਾਸਨਹੀਣਤਾ ਦੇ ਕਾਰਨ ਉਹ ਗੁੱਸੇ ਵਿੱਚ ਆ ਗਏ ਸੰਸਦ ਮੈਂਬਰ ਬਿੱਟੂ ਨੇ ਕਹਿ ਕੇ ਅੱਜ ਜਗਰਾਉਂ ਤੋਂ ਕਾਂਗਰਸ ਵਰਕਰ ਆਏ ਹੋਏ ਸਨ ਤੇ ਉਹ ਮੀਟਿੰਗ ਨੂੰ ਚੰਗੀ ਤਰ੍ਹਾਂ ਸੁਣ ਰਹੇ ਸਨ ਪਰ ਸ਼ਹਿਰ ਦੇ ਕੁਝ ਵਰਕਰਾਂ ਦੇ ਉਹਨਾਂ ਸ਼ਾਸਨਹੀਣਤਾ ਦੇ ਕਾਰਨ ਆਸ਼ੂ ਗੁੱਸੇ ਵਿੱਚ ਆ ਮੀਟਿੰਗ ਛੱਡ ਕੇ ਚਲੇ ਗਏ ਤੇ ਬਾਕੀ ਸਾਰੇ ਕਾਂਗਰਸ ਇਕੋ ਹੰਤੇ ਹਰ ਕੋਈ ਗ੍ਰਫਤਾਰੀ ਦਲੇ ਤਿਆਰ ਹੈ ਮੌਸਮ ਵਿਭਾਗ ਦੇ ਵੱਲ ਪੰਜਾਬ ਦੇ ਵਿੱਚ ਆ بارش ਦੇ ਲਈ ਅੱਜ ਔਰੇਂਜਾ ਅਲਰਟ ਜਾਰੀ ਤੇ ਜਾਂ ਬਾਮਤ ਦੇ ਨਾਲ ਗੜੇ ਮਾਰੀ ਦੀ ਵੀ ਸੰਭਾਵਨਾ ਤਾਂ ਦੋਸਤੋ ਪੰਜਾਬ ਦੇ ਵਿੱਚ ਅੱਜ ਦੇ ਲਈ ਮੌਸਮ ਵਿਭਾਗ ਦੇ ਵੱਲੋਂ ਔਰੇਂਜਾ ਅਲਰਟ ਜਾਰੀ ਕੀਤਾ ਗਿਆ ਤੇ ਇੱਕ ਵਾਰ ਫਿਰ ਤੋਂ ਪੰਜਵੇਂ ਡਸਟਰਬੈਂਸ ਐਕਟਿਵ ਹੋ ਰਿਹਾ ਤੇ ਹਦਾ ਅਸਰ ਉੱਤਰ ਤੇ ਮੱਧ ਭਾਰਤ ਦੇ ਵਿੱਚ ਛੇ ਦਿਨ ਤੱਕ ਰਹਿਣ ਵਾਲਾ ਹੈ ਪੰਜਾਬ ਦੇ ਵਿੱਚ 1 ਤੋਂ 2 ਫਰਵਰੀ ਨੂੰ ਇਹਦੇ ਪ੍ਰਭਾਵ ਦੇ ਨਾਲ ਮੀਂਹ ਦੀਆਂ ਸੰਭਾਵਨਾਵਾਂ ਮਹਾਂ ਤੱਤ ਦੇ ਨਾਲ ਹੀ ਤੇਜ਼ ਬਾਵਾ ਮ ਵੀ ਚੱਲਣਗੀਆਂ ਤੇ ਗੜੇ ਮਾਰੀ ਵੀ ਹੋ ਸਕਦੀ ਹੈ। ਅੰਮ੍ਰਿਤਸਰ ਸਮੇਤ ਕਈ ਸ਼ਰਨ ਵਿੱਚ ਸਵੇਰ ਤੋਂ ਹੀ ਬਦਲ ਬਾਈਆ ਤੇ ਉੱਥੇ ਸਵੇਰ ਤੋਂ ਰੌਕ ਰੌਕ ਕੇ ਮੀਂਹ ਪੈ ਰਿਹਾ ਮੌਸਮ ਵਿਭਾਗ ਦੇ ਮੁਤਾਬਕ ਪੰਜਵੇਂ ਗੜਬੜੀ ਅੱਜ ਤੋਂ ਐਕਟਿਵ ਹੋ ਜਾਵੇਗੀ ਇਹਦੇ ਕਾਰਨ ਆਮਰਾ ਸਰ ਤਰਨਤਾਨਗਰ ਦਾਸਪੁਰ ਅਤੇ ਪਠਾਨਕੋਟ ਦੇ ਵਿਚជា ਮੀਂਹ ਤੇ ਆਬਾਵਾ ਚਲਣ ਅਤੇ ਗੜੇ ਮਾਰੇ ਦੀ ਸੰਭਾਵਨਾ ਹੈ ਮੌਸਮ ਵਿਭਾਗ ਦੇ ਵੱਲੋਂ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਜਦੋਂ ਕਿ ਪੂਰੇ ਪੰਜਾਬ ਦੇ ਵਿੱਚ येलो ਅਲਰਟ ਰਹੇਗਾ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰੇ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹੰਤੇਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੋ ਘੰਟਾਲ ਬਟਨ ਨੂੰ ਦਬਕ ਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਹਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਪ੍ਰਤਾਪ ਬਾਈਬਾ ਨੇ ਵਿਧਾਨ ਸਭਾ ਦੇ ਵਿੱਚ ਪਾਤਾਗਾ ਤੁਹਾਨੂੰ ਉਸ ਤੋਂ ਪੰਜਾਬ ਸਰਕਾਰ ਦਾ ਬਜਟ ਹੈ ਸੈਸ਼ਨ ਸ਼ੁਰੂ ਹੋ ਚੁੱਕਿਆ ਵਿਧਾਨ ਸਭਾ ਦੇ ਪਹਿਲੇ ਦਿਨ ਕਾਂਗਰਸ ਪਾਰਟੀ ਵੱਲੋਂ ਕਾਫੀ ਹੰਗਾਮਾ ਕੀਤਾ ਗਿਆ ਤੇ ਕਿਸਾਨੀ ਅੰਦੋਲਨ ਦਾ ਮੁੱਦਾ ਉਠਾਇਆ ਗਿਆ ਇਸ ਦੌਰਾਨ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਰ ਦੇ ਨੇਤਾ ਪ੍ਰਤਾਪ ਸਿੰਘ ਬਾਈਬਾ ਦੇ ਵੱਲੋਂ ਜਿੱਥੇ ਸਦਨ ਦੇ ਅੰਦਰ ਰਾਏਪਾਲ ਦਾ ਭਾਸ਼ਣ ਵਿਚਾਲੇ ਰੁਕਾ ਗਿਆ ਤੇ ਉੱਥੇ ਉਨ੍ਹਾਂ ਨੇ ਸਦਨ ਤੋਂ ਬਾਹਰ ਆ ਕੇ ਪੰਜਾਬ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਦੇ ਸਦਨ ਦੇ ਬਾਹਰ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆ ਪ੍ਰਤਾਪ ਸਿੰਘ ਵਾਏ ਬਣਿਆ ਕਿ ਮਾਨ ਸਰਕਾਰ ਦੇ ਵੱਲੋਂ ਕਿਸਾਨਾਂ ਦਾ ਕੇਸ ਕਮਜ਼ੋਰ ਕਰਨ ਵਾਸਤੇ ਹਰਿਆਣਾ ਸਰਕਾਰ ਦੇ ਨਾਲ ਮਿਲ ਕੇ ਸਾਰੀ ਖੇਡ ਹੈ ਖੇਡੀ ਜਾ ਰਹੀ ਹੈ ਤੇ ਉਹਨਾਂ ਨੇ ਆਖਿਆ ਕਿ ਜਦੋਂ ਤੁਸੀਂ ਬਰਗਾੜੀ ਮਾਮਲੇ ਦੇ ਬਚਾਨ ਪਛਾਤੇ ਪੁਲਿਸ ਤੇ ਪਰਚਾ ਹੁਣ ਤੇ ਸਵਾਲ ਉਠਾਉਂਦੇ ਹੋ ਤਾਂ ਫਿਰ ਤੁਸੀਂ ਖੌਦਾ ਅਜੀਹਾ ਕਿਉਂ ਕਾਰਿਓ ਜਰ ਕੇ ਹਰਿਆਣਾ ਦੇ ਗ੍ਰਹਿ ਮੰਤਰੀ ਅਨੈਲ ਵਜ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਇਸ ਦੇ ਨਾਲ ਹੀ ਪ੍ਰਤਾਪ ਸਿੰਘ ਬਾਯ ਬਣਿਆ ਕਹੇ ਕਿ ਸਿਮਾ ਮਾਨਨੇ ਖੋਦ ਇਹ ਗੱਲ ਕਿਸਕੇ ਜ਼ਿਕਰ ਕੇਂਦਰ ਸਰਕਾਰ ਐਮਐਸਪੀ ਨਹੀਂ ਦੇਵੇਗੀ ਤਾਂ ਪੰਜਾਬ ਸਰਕਾਰ ਐਮਐਸਪੀ ਦੇਵੇਗੀ ਤਹ ਦਰਾਂ ਉਹਨਾਂ ਦੇ ਬੋਲ ਕੈਬਨਿਟ ਮੰਤਰੀ ਅਨਮੋਲਾ ਗਗਨ ਮਾਨ ਦੇ ਬਿਆਨ ਦਾ ਵੀ ਜ਼ਿਕਰ ਕੀਤਾ ਗਿਆ ਅਗਲੀ ਖਬਰ ਹੈ ਸਿਆਮਾਨ ਤੇ ਆਕਾਲੀ ਦਲ ਦੇ ਵੱਲੋਂ ਇੱਕ ਹੋਰ ਮਕਦਮਾ ਠੋਕਣ ਦੀ ਤਿਆਰੀ ਵਿੱਚ ਸੌਕਬਿਲਾਸ ਮਾਮਲੇ ਤੇ ਬਿਨਾਂ ਸ਼ਰਤ ਮਾਫੀ ਮੰਗਣ ਦੇ ਲਈ ਕਿਹਾ ਸ਼੍ਰੋਮਣੀ ਆਕਾਲੀ ਦਲ ਨੇ ਕੱਲ ਮੱਖ ਮੰਤਰੀ ਭਗਵੰਤ ਸਿੱਧੂ ਨੂੰ ਚੁਣੌਤੀ ਦਿੱਤੀ ਕਿ ਉਹ ਸ਼੍ਰੋਮਣੀ ਆਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਲਗਾਏ ਗਏ ਦੋਸ਼ਾਂ ਦੇ ਲਈ ਮਾਫੀ ਮੰਗਣ ਜਾਂ ਫਿਰ ਇਹ ਝੂਠੇ ਦੋਸ਼ਾਂ ਦੇ ਲਈ ਮਾਨ ਹਾਨੀ ਦੇ ਮਕਦਮੇ ਦਾ ਸਾਹਮਣਾ ਕਰਨ ਦੇ ਲਈ ਤਿਆਰ ਰਹਿਣ ਸ਼੍ਰੋਮਣੀ ਅਕਾਲੀ ਦਲ ਦੇ ਮੌਕਬ ਲਾਰੇ ਐਡਵੋਕੇਟ ਅਰਸ਼ਦੀਪ ਸੰਘਾ ਕਲੀਨਿਕ ਕਾਕ ਮੁੱਖ ਮੰਤਰੀ ਦੇ ਵੱਲੋਂ ਸੁਖਬੀਰਾ ਸੰਘਾ ਬਾਦਲਾ ਤੇ ਸੁਖ ਬਿਲਾਸ ਹੋਟਲ ਨੂੰ ਝੂਟੇ ਦੋਸ਼ਾ ਸਿਰਫ ਅਤੇ ਸਰਪਾ ਰਿਆਣਾ ਪੁਲ ਦੇ ਵੱਲੋਂ ਗੋਲੀ ਮਾਰ ਕੇ ਸ਼ਹੀਦਾਂ ਕੀਤੇ ਗਏ ਨੋਇ ਬਣ ਕਿਸਾਨ ਸ਼ਵ ਕਰਨ ਸੰਘ ਦੇ ਮੌਜਦੇ ਮਾਮਲੇ ਵਿੱਚ ਗਲਤ ਦਾ ਦਰਜ ਕੀਤੀ ਗਈ 0 ਐਫ ਆਈ ਆਰ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਵਾਸਤੇ ਲਗਾਏ ਗਏ ਹਨ ਆ ਕਾਲੀਦਾਲ ਦੇ ਬੁਲਾਰੇ ਨੇ ਜੋਰ ਦੇ ਕੇ ਕਹਿ ਕੇ ਅਜਿਹਾ ਪਹਿਲੇ ਵਾਰ ਨਹੀਂ ਆ ਕਿ ਮੁੱਖ ਮੰਤਰੀ ਨੇ ਲੋਕਾਂ ਦਾ ਧਿਆਨ ਪਾਸੇ ਕਰਨ ਵਾਸਤੇ ਅਜਿਹੀ ਤਰਕੀਬਾ ਖੇਡੀ ਹੋਵੇ ਤੇ ਉਹਨਾਂ ਨੇ ਕਹਿਣਾ ਹੈ ਕਿ ਪਹਿਲਾਂ ਭਗਵੰਤ ਮਾਨ ਨੇ ਜਦੋਂ ਇਹ ਦੋਸ਼ ਲਗਾਏ ਸਨ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚਨੀ ਨੇ ਇੱਕ ਖਿਡਾਰੀ ਤੋਂ 2 ਕਰੋੜ ਰੁਪਏ ਦੇ ਰੈਸ਼ਵਤਾਂ ਮੰਗੇ ਸੀ ਤਾਂ ਉਦੋਂ ਵੀ ਅਜਿਹੀ ਹਰਕਤ ਕੀਤੀ ਸੀ ਆਗਲੀ ਖਬਰ ਅਕਲ ਸਾਨ ਹਾਜੇ ਨਹੀਂ ਕਰਨਗੇ ਦਿੱਲੀ ਕੂਚਾ 3 ਮਾਰਚ ਨੂੰ ਸ਼ੁਭ ਕਰਨ ਦੇ ਭੋਗ ਮਗਰੋਂ ਹੋਵੇਗਾ ਅਗਲੇ ਰਣਨੀਤੇ ਦਾ ਐਲਾਨ ਕਿਸਾਨ ਜੱਤਵਰਾਂਗੇ ਨੇ ਦਿੱਲੀ ਕੂਚਾ ਦਾ ਫੈਸਲਾ ਫਿਲਹਾਲ ਟਾਲ ਦਿੱਤਾ ਅਤੇ ਇਸ ਬਾਰੇ ਵੀਰਵਾਰ ਨੂੰ ਵੀ ਕੋਈ ਨਵਾਂ ਐਲਾਨ ਨਹੀਂ ਹੋਇਆ ਫਿਲਹਾਲ ਕਿਸਾਨ ਸ਼ੰਭੂ ਅਤੇ ਕਨੋਰੀ ਬਾਰਡਰ ਤੇ ਡੱਟੇ ਰਹਿਣਗੇ ਕਿਸਾਨ ਅੰਦੋਲਨ ਹਜੇ ਖਤਮ ਨਹੀਂ ਹੋਵੇਗਾ ਕਿਸਾਨ ਲੀਡਰਾਂ ਨੇ ਕਹਿ ਕੇ ਘਾਟੋ ਘਾਟ ਸਮਰਥਨ ਮੁੱਲ ਤੇ ਖਰੀਦ ਦੀ ਕਾਨੂੰਨੀ ਗਾਰੰਟੀ ਡਾਕਟਰ ਸੁਭਮਿੰarnath ਨੇ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਤੇ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਆਫੀ ਤੱਕ ਅੰਦੋਲਨ ਜਾਰੀ ਰਹੇਗਾ ਦੱਸਦੇ ਇੱਕ ਕਿਸਾਨ ਲੀਡਰਾਂ ਨੇ ਕਨੋਰੀ ਬਾਰਡਰ ਦੇ ਉੱਪਰ ਪੁਲਿਸ ਫਾਇਰਿੰਗ ਦੌਰਾਨ ਮਾਰੇ ਗਏ ਕਿਸਾਨਾਂ ਸ਼ਬਕ ਕਰਨ ਦੇ ਅੰਤਮ ਸੰਸਕਾਰ ਮਗਰੋਂ ਅੰਦੋਲਨ ਦੇ ਅਗਲੇ ਰਣਨੀਤੀ ਬਾਰੇ ਐਲਾਨ ਕਰਨਾ ਸੀ ਮੰਨਿਆ ਜਾ ਰਿਹਾ ਸੀ ਕਿ ਕਿਸਾਨ ਦਿੱਲੀ ਕੁਝ ਦਾ ਐਲਾਨ ਕਰ ਸਕਦੇ ਹਨ ਪਰ ਕਿਸਾਨ ਲੀਡਰਾਂ ਨੇ ਦਿੱਲੀ ਕੋਚਾ ਦਾ ਫੈਸਲਾ ਫਿਲਹਾਲ ਟਾਲ ਦਿੱਤਾ ਵੀਰਵਾਰ ਨੂੰ ਕਿਸਾਨ ਸ਼ੁਭ ਕਰਨ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਤੇ ਅਸਦਰਾਂ ਬੱਡੀ ਗੰਤ ਵਿੱਚ ਆ ਕਿਸਾਨ ਹਾਜ਼ਰ ਸਨ ਅੰਤਮ ਸੰਸਕਾਰ ਵਿੱਚ ਪਹੁੰਚੇ ਕਿਸਾਨਾਂ ਨੂੰ ਸਰਬੰਨ ਸੰਘਾ ਪੰਦੇਰਾ ਤੇ ਜਗਜੀਤਾ ਡੱਲੇਵਾਨ ਨੇ ਕਹਿ ਕੇ ਸ਼ੁਭ ਕਰਨ ਦੀ ਆਤਮਿਕ ਸ਼ਾਂਤੀ ਦੇ ਲਈ 3 ਮਾਰਚ ਨੂੰ ਅਰਦਾਸ ਕੀਤੀ ਆਵੇਗੀ ਦਿੱਲੀ ਮਾਰਚ ਬਾਰੇ ਉਹਨਾਂ ਨੇ ਕਹਿ ਕੇ ਫਿਲਹਾਲ ਇਸ ਬਾਰੇ ਗੱਲ ਕਰਨ ਦਾ ਪੀ ਕਾ ਸਮਾਂ ਨਹੀਂ ਹੈ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਨੇ ਕਹਿ ਕੇ ਸ਼ੁਭ ਕਰਨੇ ਸਰਕਾਰ ਦੇ ਅਤਿਆਚਾਰਾਂ ਦੇ ਖਿਲਾਫ ਸਬਰ ਦੇ ਨਾਲ ਲੜਦੇ ਹੋ ਕੁਰਬਾਨੀ ਦੇਤੇ ਆ ਡੱਲੇਵਾਲ ਨੇ ਸਮੂਹ ਕਿਸਾਨ ਜਥੇਬੰਦਗਾਂ ਨੂੰ 3 ਮਾਰਚ ਨੂੰ ਸ਼ੁਭ ਕਰਨ ਦੇ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਕਿਸਾਨ ਦਬਾ ਦੇ ਹਟਾ ਸਰਕਾਰ ਨੇ ਸ਼ੁਭ ਕਰਨ ਨੂੰ ਸ਼ਹੀਦ ਦਾ ਐਲਾਨਿਆ ਆਪ ਆਪਸੀ ਜਨ ਦੇ ਵਿੱਚ ਗੱਨੇ ਦੀ ਕੀਮਤ ਵਿੱਚ ਵਾਅਦਾ ਕਰਨਾ ਪਿਆ ਹਰਿਆਣਾ ਦੇ ਬੱਚਾ ਸਰਕਾਰ ਨੂੰ ਕਰਜ਼ਿਆਂ ਤੇ ਬਿਆਜ ਤੇ ਜੁਰਮਾਨਾ ਮੁਆਫ ਕਰਨਾ ਪਿਆ ਢੱਲੇਵਾਲ ਨੇ ਕਹਿ ਕੇ ਦੇਹ ਦੇ ਲੋਕਾ ਕਹਿੰਦੇ ਸੰਕੇ ਪੰਜਾਬ ਦੇ ਇੱਕ ਸੰਨ ਤਿੰਨ ਕਾਨੂੰਨਾ ਵਾਪਸ ਕਰਵਾ ਕੇ ਅੰਦੋਲਨ ਖਤਮ ਕਰ ਦਿੱਤਾ ਪਰ ਅੱਜ ਅਸੀਂ ਫੇਰ ਉਹੀ ਅੰਦੋਲਨ ਖੜਾ ਕਰ ਦਿੱਤਾ ਹੈ ਹਰਿਆਣਾ ਦੇ ਬੱਚਾ ਲੋਕ ਸਭਾ ਚੋਣਾਂ ਦੇ ਨਾਲ ਜੁੜੀ ਵੱਡੀ ਖਬਰ ਹੈ ਤਾਂ دوستੋ ਹਰਿਆਣਾ ਦੇ ਵਿੱਚ ਲੋਕ ਸਭਾ ਚੋਣਾਂ 2024 ਦੇ ਨਾਲ ਜੁੜੀ ਵੱਡੀ ਖਬਰ ਹੈ ਭਾਰਤੀ ਜਨਤਾ ਪਾਰਟੀ ਹਰਿਆਣਾਂ ਦੀਆਂ 10 ਲੋਕ ਸਭਾ ਸੀਟਾਂ ਤੇ ਇਕੱਲੇ ਚੋਣ ਲੜ ਸਕਦੇ ਆ ਸੂਤਰਾਂ ਦੇ ਮੁਤਾਬਕ ਭਾਪਾ ਦੇ ਮੈਰਾਥਨ ਮੀਟਿੰਗ ਦੇ ਵਿੱਚ ਇਸ ਮਾਮਲੇ ਤੇ ਚਰਚਾ ਹੋਈ ਇਹ ਮੀਟਿੰਗ ਅਬਿੱਤ ਰਾਤ ਨਮੀ ਦਿੱਲੀ ਵਿੱਚ ਹੋਇਆ ਸੂਤਰਾਂ ਦੇ ਮੁਤਾਬਕ ਦੱਸਿਆ ਜਾ ਰਿਹਾ ਕਿ ਭਾਪਾ ਹਰਿਆਣਾਂ ਦੀਆਂ ਸਾਰੀਆਂ 10 ਲੋਕ ਸਭਾ ਸੀਟਾਂ ਤੇ ਚੋਣਾਂ ਲੜਨ ਦੇ ਤਿਆਰੀਕਾਰੀਆਂ ਹਰਿਆਣਾ ਰਾਜ ਚੋਣ ਕਮੇਟੀ ਨੇ ਸਾਰੀਆਂ 10 ਸੀਟਾਂ ਦੇ ਲਈ ਉਮੀਦਵਾਰਾਂ ਦੇ ਨਾਂ ਤੈਅ ਕਰਨ ਲਈ ਇੱਕ ਪੈਨਲ ਦਾ ਗਠਨ ਕੀਤਾ ਹੈ ਤੁਹਾਨੂੰ ਦੱਸ ਦੇ ਕਿ ਹਰਿਆਣੇ ਵਿੱਚ ਭਾਪਾ ਤੇ ਜਜਪੀ ਵਿਚਾਲੇ ਗੜ ਜੁੜਿਆ ਤੇ ਹੱਦ ਦੇ ਬਾਵੀਯੋਦਾ ਭਾਪਾ ਇਕੱਲਾ ਹੀ ਚੋਣ ਲੋਕ ਸਭਾ ਚੋਣਾਂ ਲੜਨ ਦੀ ਤਿਆਰੀ ਕਰ ਰਹੀ ਹੈ ਮਾਰਚ ਮਹੀਨੇ ਦੇ ਵਿੱਚ 14 ਦਿਨ ਬੰਦ ਰਹਿਣਗੇ ਬੈਂਕਾਂ ਜਾਣੋ ਛੁੱਟੀਆਂ ਦੀ ਪੂਰੀ ਲਿਸਟ ਤਾਂ ਉਸ ਤੋਂ ਮਾਰਚ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੈ ਜੇਕਰ ਤੁਹਾਡੇ ਕੋਲ ਵੀ ਮਾਰਚ ਦੇ ਮਹੀਨੇ ਦੇ ਵਿੱਚ ਬੈਂਕ ਦੇ ਨਾਲ ਸੰਬੰਧਤਾ ਕਾਮਾਂ ਦਾ ਤੁਹਾਡੇ ਲਈ ਇਹ ਖਬਰ ਹੈ ਜ਼ਰੂਰੀ ਹੈ ਕਿਉਂਕਿ ਆਰਬੀ ਨੇ ਬੈਂਕ ਕਾ ਛੁੱਟਣ ਦੀ ਸੂਚੀ ਜਾਰੀ ਕਰ ਦਿੱਤੀ ਹੈ ਸੂਚੀ ਦੇ ਅਨੁਸਾਰ ਮਾਰਚ ਦੇ ਮਹੀਨੇ ਦੇ ਵਿੱਚ 14 ਦਿਨਾਂ ਦੇ ਲਈ ਬੈਂਕਾਂ ਵਿੱਚ ਛੁੱਟੀ ਰਹਿਗੇ ਮਾਰਚ ਦਾ ਮਹੀਨਾ ਤਿਹਾਰਾਂ ਦੇ ਲਿਹਾਜ਼ ਦੇ ਨਾਲ ਬਹੁਤ ਤਾਂ ਮਹੱਤਵਪੂਰਨ ਹੈ ਸ਼ੁਭ ਰਾਤਰੀ ਮਹਾ ਸ਼ਿਵਰਾਤਰੀ ਦੇ ਨਾਮ ਨਾਲ ਇਸ ਮਹੀਨੇ ਦੇ ਵਿੱਚ ਹੁਲੀ ਦਾ ਤਿਆਰਬਿਆਰਿਆ ਤਿਉਹਰ ਤੋਂ ਇਲਾਵਾ ਇਸ ਵਾਰ ਮਾਰਚ ਮਹੀਨੇ ਦੇ ਵਿੱਚ 5 ਐਤਵਾਰਾਂ ਤੇ ਦੂਜੇ ਅਤੇ ਚੌਥੇ ਐਤਵਾਰ ਨੂੰ ਬੈਂਕਰ ਵਿੱਚ ਛੁੱਟੀ ਹੁੰਦੀ ਹੈ ਮਾਰਚ ਮਹੀਨੇ ਵਿੱਚ ਦੇਸ਼ ਭਰ ਦੇ ਵਿੱਚ 14 ਦਿਨ ਬੈਂਕ ਬੰਦ ਰਹਿਣਗੇ ਦੇਸ਼ ਭਰ ਦੇ ਵਿੱਚ ਬੈਂਕਰ ਵਿੱਚ ਛੁੱਟੀਆਂ ਆਉਣਗੀਆਂ ਜਾਣੋ ਪੂਰੀ ਸੂਚੀ 1 ਮਾਰਚ ਚਾਪ 4 ਕਾਟਾ ਮੇਜੋਰਮ ਦੇ ਆਈ ਜੋਲ ਵਿੱਚ ਬੈਂਕਾਂ ਵਿੱਚ ਛੁੱਟੀ ਰਹੇਗੀ 3 ਮਾਰਚ ਦੇਣਤਵਾਰ ਸਾਰੇ ਬੈਂਕਾਂ ਵਿੱਚ ਛੁੱਟੀ ਰਹੇਗੀ 8 ਮਾਰਚ ਮਹਾ ਸ਼ਿਵਰਾਤਰੀ ਸਾਰੇ ਰਾਜਾਂ ਦੇ ਵਿੱਚ ਬੈਂਕਾਂ ਵਿੱਚ ਛੁੱਟੀ ਰਹੇਗੀ 9 ਮਾਰਚ ਦੂਜਾ ਸ਼ਨੀਵਾਰ ਸਾਰੇ ਰਾਜਾਂ ਦੇ ਵਿੱਚ ਬੈਂਕਾਂ ਵਿੱਚ ਛੁੱਟੀ ਰਹੇਗੀ 10 ਮਾਰਚ ਦੇਣਤਵਾਰ ਸਾਰੇ ਰਾਜਾਂ ਦੇ ਵਿੱਚ ਬੈਂਕਾਂ ਵਿੱਚ ਛੁੱਟੀ ਰਹੇਗੀ 17 ਮਾਰਚ ਐਤਵਾਰ ਨੂੰ ਸਾਰੇ ਰਾਜਾਂ ਵਿੱਚ ਛੁੱਟੀ ਰਹੇਗੀ 22 ਮਾਰਚ ਬਿਹਾਰ ਦੇ ਇਸ ਮੌਕੇ ਪੂਰੇ ਬਿਹਾਰ ਦੇ ਬੈਂਕਰ ਵਿੱਚ ਛੁੱਟੀ ਰਹੇਗੀ 23 ਮਾਰਚਾ ਚੌਥਾ ਸ਼ਨੀਵਾਰ ਸਾਰੇ ਬੈਂਕਾਂ ਵਿੱਚ ਛੁੱਟੀ ਰਹੇਗੀ 24 ਮਾਰਚ ਐਤਵਾਰ ਸਾਰੇ ਰਾਜਾਂ ਦੇ ਵਿੱਚ ਬੈਂਕਾਂ ਵਿੱਚ ਛੁੱਟੀ ਰਹੇਗੀ 25 ਮਾਰਚ ਹੋਲੀ ਦੇ ਦਿਨ ਜ਼ਿਆਦਾਤਰ ਸਵੇਰ ਦੇ ਵਿੱਚ ਬੈਂਕਾਂ ਵਿੱਚ ਛੁੱਟੀ ਰਹੇਗੀ 26 ਮਾਰਚ ਪਵਨੇਸ਼ਵਰ 임ਫਾਲਾ ਤੇ ਪਟਨਾ ਦੇ ਵਿੱਚ ਬੈਂਕਾਂ ਵਿੱਚ ਛੁੱਟੀ ਰਹੇਗੀ 27 ਮਾਰਚ ਬਿਹਾਰ ਦੇ ਸਾਰੇ ਸ਼ਹਿਰਾਂ ਦੇ ਵਿੱਚ ਬੈਂਕਾਂ ਵਿੱਚ ਛੁੱਟੀ ਰਹੇਗੀ 29 ਮਾਰਚ ਗੁਰਪ੍ਰਾਈਡੇ ਇਸ ਪਰ ਦੇ ਵਿੱਚ ਬੈਂਕਾਂ ਦਾ ਛੁੱਟ ਰਿਹਾ ਗਿਆ 31 ਮਾਰਚ ਦਿਨ ਤਬਾਰਾ ਦੇਖਦੇ ਸਾਰੇ ਬੈਂਕਾਂ ਦੇ ਵਿੱਚ ਛੁੱਟੀ ਰਹੇਗੀ। ਕਰੇਲੂ ਕੱਚੇ ਤੇਲ ਤੇ ਸਬਬੀ ਲਾਭ ਟੈਕਸ ਵਧਿਆ ਡੀਜ਼ਲ ਤੇ ਘਟਿਆ। ਸਰਕਾਰ ਨੇ ਸ਼ੁੱਕਰਵਾਰ ਤੋਂ ਕਰੇਲੂ ਪਦਰਤ ਤੇ ਤਿਆਰ ਕੱਚੇ ਤੇਲ ਤੇ ਸਬਬੀ ਲਾਭ ਟੈਕਸ 3300 ਰੁਪਏ ਪ੍ਰਤੀ ਟਨ ਤੋਂ ਵਧਾ ਕੇ 4600 ਰੁਪਏ ਪ੍ਰਤੀ ਟਨ ਕਰ ਦਿੱਤਾ। ਇਹ ਟੈਕਸ ਵਿਸ਼ੇਸ਼ ਬਾਧੂ ਐਕਸਾਈਜ਼ ਡਿਊਟੀ ਦੇ ਰੂਪ ਵਿੱਚ ਲਗਾਇਆ ਜਾਂਦਾ ਹੈ। ਇੱਕ ਅਧਿਕਾਰਤ ਨੋਟੀਫਿਕੇਸ਼ਨ ਮੁਤਾਬਕ ਕਰੇ ਲੂ ਕੱਚੇ ਤੇਲ ਤੇ ਸਬੰਬੀ ਲਾਗ ਟੈਕਸ ਅਵਰਧਤਾ ਗਿਆ ਹੈ ਪਰ ਡੀਜ਼ਲ ਤੇ ਨਰਿਆਤ ਤੇ ਟੈਕਸ 1.5 ਰੁਪਏ ਪ੍ਰਤੀ ਲੀਟਰ ਤੋਂ ਘਟਾ ਕੇ 0 ਕਰ ਦਿੱਤਾ ਗਿਆ ਉਸ ਤੋਂ ਇਲਾਵਾ ਪੈਟਰੋਲਾ ਤੇ ਹਵਾਵਾਜੀ ਟਰਬਾਈਨ ਫਿਊਲ ਤੇ ਟੈਕਸ ਪਹਿਲਾਂ ਦੀ ਤਰ੍ਹਾਂ ਸਿਫਰ ਰੱਖਿਆ ਗਿਆ ਨਵੀਆਂ ਦਰਾਂ 1 ਮਾਰਚ ਤੋਂ ਲਾਗੂ ਹੋਗੀਆਂ ਦੇ ਦੇ ਵਿੱਚ ਪਹਿਲੀ ਵਾਰ 1 ਜੁਲਾਈ 2022 ਨੂੰ ਸਬੰਬੀ ਲਾਗ ਟੈਕਸ ਲਗਾਇਆ ਗਿਆ ਸੀ ਇਸ ਦਿਨਾਂ ਲਈ ਭਾਰਤ ਉਹਨਾਂ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਜੋ ਕਿ ਊਰਜਾ ਕੰਪਨੀਆਂ ਦੇ ਆ ਸਧਾਰਨ ਮੁਨਾਫੇ ਤੇ ਟੈਕਸ ਲਗਾਉਂਦੇ ਹਨ ਤੇ ਇਨ੍ਹਾਂ ਟੈਕਸਾਂ ਦਾ ਨਿਰੀਖਿਆ ਪਿਛਲੇ 2 ਹਫ਼ਤਿਆਂ ਵਿੱਚ ਤੇਲ ਦੀਆਂ ਔਸਤ ਕੀਮਤਾਂ ਦੇ ਆਧਾਰ ਤੇ ਹਰ 15 ਬਾਰੇ ਦੇ ਵਿੱਚ ਕੀਤੀ ਜਾਂਦੀ ਹੈ ਕਿਸਾਨ ਸ਼ੁਭ ਕਰਨ ਦੇ ਪੋਸਟਮਾਰਟ ਰਿਪੋਰਟਾਈ ਸਾਹਮਣੇ ਡਾਕਟਰਾਂ ਨੇ ਕੀਤੇ ਕਈ ਵੱਡੇ ਖੁਲਾਸੇ ਸਬੂਤਾ ਪਲੱਸ ਨੂੰ ਸੰਪੇ 22 ਫਰਵਰੀ ਨੂੰ ਦਿੱਲੀ ਕੂਚਾ ਕਰਦੇ ਸਮੇਂ ਖਨੋਰੀ ਸਰਾਧ ਤੇ ਹਰਿਆਣਾ ਪੁਲਿਸ ਦੇ ਨਾਲ ਝੜਪ ਦੌਰਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਸੀ 28 ਫਰਵਰੀ ਦੇ ਰਾਤ ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਕਤਲ ਦਾ ਕੇਸ ਦਰਜ ਕੀਤਾ ਜਿਸ ਤੋਂ ਬਾਅਦ ਸ਼ੁਭਕਰਨ ਸਿੰਘ ਦਾ ਪੋਸਟਮਾਰਟਮ ਕਰਵਾਉਣ ਦੇ ਲਈ ਪਰਿਵਾਰ ਨੇ ਸਹਿਮਤੀ ਦੇ ਦਿੱਤੀ ਸੀ 28 ਫਰਵਰੀ ਨੂੰ ਪੋਸਟਮਾਰਟਮ ਸ਼ੁਰੂ ਹੋਇਆ ਜੋ ਕਿ ਕਰੀਬ ਦੇ ਰਾਤ 2 ਵਜੇ ਤੱਕ ਚੱਲਦਾ ਰਿਹਾ ਤੇ ਹੁਣ ਪੋਸਟਮਾਰਟਮ ਦੀ ਰਿਪੋਰਟ ਸਾਹਮਣੇ ਜਦ ਦੇ ਵਿੱਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਸਾਹਮਣੇ ਆਏ ਹਨ ਹਿੰਦੁਸਤਾਨਾ ਟਾਈਮ ਜੀ ਦੀ ਰਿਪੋਰਟ ਨੇ ਪੋਸਟਮਾਰਟਮ ਰਿਪੋਰਟ ਦਾ ਹਵਾਲਾ ਦਿੰਦੋਂ ਕਹਿ ਕੇ ਬੰਦੂਕ ਦੇ ਨਾਲ ਛੱਟ ਲੱਗਣ ਕਰਕੇ ਉਹਦੇ ਮੌਤ ਹੋਈ ਆ ਤੇ ਆਦੇ ਨਾਲ ਹੀ ਸ਼ੁਭ ਕਰਨ ਦੇ ਸਿਰ ਦੇ ਵਿੱਚ ਬਾਹਰੀ ਤੱਤ ਵੀ ਪਾਏ ਗਏ ਸਨ ਪੋਸਟਮਾਰਟਮ ਤੋਂ ਪਹਿਲਾਂ ਸ਼ੁਭ ਕਰਨ ਸਿੰਘ ਦਾ ਸੀ.ਟੀ.ਐਸ ਕੈਨ ਬੀ ਕੀਤਾ ਗਿਆ ਸੀ ਜਦ ਦੇ ਵਿੱਚ ਉਹਦੇ ਸਿਰ ਦੇ ਵਿੱਚ ਸ਼ਰੇ ਵੀ ਪਾਏ ਗਏ ਹਨ ਪਿਛਲੇ ਹਫਤੇ ਪਟਿਆਲਾ ਦੇ ਹਸਪਤਾਲ ਤੋਂ ਜਾਰੀ ਕੀਤੀਆਂ ਮੈਡੀਕਲ ਕਾਨੂੰਨੀ ਰਿਪੋਰਟਾਂ ਦੇ ਵਿੱਚ ਇਹ ਕਿਹਾ ਗਿਆ ਕਿ ਪੁਲਸਾ ਕਾਰਬੇ ਦੇ ਵਿੱਚ ਜ਼ਖਮੀ ਹੋਏ ਕਈ ਪ੍ਰਦਰਸ਼ਨਕਾਰੀਆਂ ਦੇ ਸਰੀਰ ਦੇ ਉੱਪਰਲੇ ਹਿੱਸੇ ਤੇ ਸ਼ਰੇਆਂ ਦੇ ਜ਼ਖਮ ਪਾਏ ਗਏ ਹਨ ਸਰ ਦੇ ਪਿਛਲੇ ਪਾਸੇ ਸੱਟਾਂ ਦੇ ਨਿਸ਼ਾਨਾ ਬੱਧਵਾਰ 28 ਫਰਵਰੀ ਨੂੰ ਕੀਤੀ ਗਈ ਜਾਂਚ ਦੇ ਵਿੱਚ ਸਰ ਦੇ ਪਿਛਲੇ ਹਿੱਸੇ ਤੇ ਸੱਟ ਦਾ ਨਿਸ਼ਾਨ ਪਾਇਆ ਗਿਆ ਤੇ ਇਹ ਵੀ ਸਾਹਮਣੇ ਆਇਆ ਕਿ ਉਹਦੇ ਸਰੀਰ ਦੇ ਕਿਸੇ ਹੋਰ ਹੈ ਇਸੇ ਤੇ ਸੱਟ ਦੇ ਨਿਸ਼ਾਨ ਨਹੀਂ ਪਾਏ ਗਏ ਪੋਸਟਮਾਰਟਮ ਕਨਵਲ ਡਾਕਟਰ ਨੇ ਦੱਸਿਆ ਕਿ ਉਹਨਾਂ ਨੇ ਆਪਣੀ ਰਿਪੋਰਟਾ ਪਟਿਆਲਾ ਪੁਲਿਸ ਨੂੰ ਸੌਂਪ ਦਿੱਤੀ ਅਤੇ ਹੋਰਾ ਬਿਰਵੇ ਦਿਨ ਤੋਂ ਇਨਕਾਰ ਕਰ ਦਿੱਤਾ ਹੈ ਪੰਜਾਬ ਬਜਟ ਹੈ ਸ਼ੈਸ਼ਨ ਰਾਏਪਾਲ ਦੇ ਭਾਸ਼ਣ ਦੌਰਾਨ ਲੱਗੇ ਮਰਦਾਬਾਦ ਦੇ ਨਾਰੇ ਤਾਂ ਉਸ ਤੋਂ ਪੰਜਾਬ ਸਰਕਾਰ ਦਾ ਬਜਟ ਸ਼ੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਰਾਏਪਾਲ ਆਪਣੀ ਕਾਰਵਾਈ ਦੇ ਪਹਿਲੇ ਦਿਨ ਉਧਾਨ ਸਭਾ ਨੂੰ ਸੰਬੋਧਨ ਕਰੇ ਸੰਤੇ ਵਿਰੁੱਧ ਇਤਰ ਕਾਂਗਰਸੀ ਐਸਦਰਨ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਲਾਉਂਦੇ ਰਿਹਾ ਤੇ ਕਿਸਾਨਾਂ ਦੇ ਉੱਪਰ ਤੇ ਸ਼ਦਦਤ ਦੀ ਨਿੰਦਾ ਵੀ ਕਰਦੇ ਰਹੇ ਐਸਦਰਨ ਵਿਰੋਧੀ ਪਾਰਟੀਆਂ ਕਿਸਾਨ ਆંદੋਲਨਾਂ ਤੇ ਸ਼ੁਭ ਕਰਨ ਦੇ ਮਹੱਤਵ ਵਰਗੇ ਮੁੱਦਿਆਂ ਤੇ ਨਾਰੇਬਾਜ਼ੀ ਕਰਕੇ ਇਨਸਾਫ ਦੀ ਮੰਗ ਕਰਦੇ ਰਹੇ ਦੁਪਹਿਰ ਬਾਅਦ ਮਰਤਕ ਆਗੂਆਂ ਨੂੰ ਸ਼ਰਧਾਂਜਲੀ ਭੇਟਾਂ ਦਿੱਤੀ ਗਈ ਇਸ ਤੋਂ ਬਾਅਦ 2 ਅਤੇ 3 ਮਾਰਚ ਨੂੰ ਛੁੱਟੀ ਰਹੇਗੀ ਫਿਰ 4 ਮਾਰਚ ਨੂੰ ਰਾਏਪਾਲ ਦੇ ਭਾਸ਼ਣ ਤੇ ਬਹਿਸ ਹੋਵੇਗੀ ਤੇ ਇਹ ਬਹਿਸ ਸਰਫਾ 1 ਦਿਨ ਤੱਕ ਚੱਲੇਗੀ ਸਰਕਾਰ 5 ਮਾਰਚ ਨੂੰ ਆਪਣਾ ਬਜਟ ਆਪੇਸ਼ ਕਰੇਗੀ ਅਗਲੇ ਦਿਨ ਬਜਟ ਤੇ ਬਹਿਸ ਹੋਵੇਗੀ